ਉਹਨਾਂ ਦੇ ਵੱਲੋਂ ਬਰਾਗਾ ਵਾਲੇ ਗੋਲ ਚੋਂ ਫੈਕ ਦਾ ਹੱਥ ਕਰ ਦਿੱਤਾ ਡਰ ਹਾਂਜੀ ਦੋਨੇ ਟੀਮਾਂ ਕਿਹੜੀਆਂ ਪੰਕਤੀਆਂ ਵਿੱਚ ਚੰਗੀ ਦੀ ਟੀਮ ਕਿਹੜੇ ਹੱਥ ਹੈ ਚੰਗੀ ਦੀ ਟੀਮ ਗਰਾਊਂਡ ਤੇ ਪਹੁੰਚ ਚੁੱਕੀ ਹੈ ਤੇ ਸੈਂਟਰ ਵਾਲੀ ਪੰਕਤੀ ਵਿੱਚ ਆ ਬਣੀ ਚੰਗੀ ਦੇ ਸੈਂਟਰ ਮੈਂ ਤਾਂ ਖੋਪੇ ਆਪਣਾ ਚੰਗੀ ਦੀ ਟੀਮ ਮੈਂ ਤਾਂ ਖੋਪੇ ਆਪਣਾ ਟੀਮ ਤੇ ਸਜਿਆ ਸੈਂਟਰ ਵਾਲੀ ਟੀਮ ਦੇ ਵਿੱਚ ਆ ਜਿਹੜਾ ਹੈ ਉਪਰ ਤੋਂ ਪੰਕਤੀ ਦਾ ਮੁਕਾਬਲਾ ਆਪਾਂ ਕਰ ਰਹੇ ਹਾਂ अगलिया टीम की तैयारी खाते ग्राउंड के बच्चे जिस तरह पहले ग्राउंड के टीम पहुंची उस तरह ग्राउंड के टीम लाइव टेलीकास्ट 24 उस तरह टीम ग्राउंड के अच्छा सामने मेरी पहली कबड्डी खेली है जोड़िया प्रसिद्ध हुई हैं ग्राउंड के सुबह की टॉपर खिलाड़ी क्योंकि जो अगले राउंड मैच फर्स्ट मुंडिया दिशा में फसलेंगे लॉक रेस के नाल ਕੀਆ ਲਾਰਨਾ ਫੋਟਾ ਸੇਡ ਵਾਲੇ ਪਾਸੇ ਸ਼ੁਭਤ ਹੈ ਨਮਕਾ ਨਮਕਾ ਸਾਹਿਬ ਔਰ ਸਾਰੇ ਅਧਿਕਾਰੀ ਸਮਿਤੀ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੇ ਹਾਂ ਸੁਖਾ ਪਟਾਲ ਜੀ ਨਾਲ ਸਭੀ ਸੋਹਰਾ ਆ ਵੀ ਚੰਗਾ ਬਹੁਤ ਸੈਟੋਵਾਲ ਦੀ ਧਰਤੀ ਦਾ ਪਹਿਲੀ ਕਬੱਡੀ ਪਹੁੰਚ ਗਿਆ ਸੈਟੋਵਾਲ ਦੀ ਧਰਤੀ ਦਾ ਪਹਿਲੀ ਕਬੱਡੀ ਉਸੇ ਜੀਤ ਅਗੀ ਗ੍ਰਾਂਡ ਲੋਕਾਰੇ ਦੇ ਬਾਅਦ ਕੋਸ਼ਿਸ਼ ਕੀਤੀ ਆਕਾਸ਼ ਪੂਰਾ ਬੜਾ ਫਫੂਦ ਹੈ ਸੀ ਜੀ ਦਾ ਉਸੇ ਤਰ੍ਹਾਂ ਰਾਜਾ ਨੇ ਕੋਸ਼ਿਸ਼ ਸ਼ੁਰੂ ਕੀਤੀ ਹੈ ਪਰ ਕਾਮਯਾਬੀ ਜਿਹੜੀ ਵੀ ਮਿਲਣੀ ਹਰ ਵੇਲੇ ਬੈਰੀ ਨੂੰ ਖਤਰਾ ਹੈ ਤਲਵਾਰਾਂ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਸਿੱਧਾ ਸਰਦਾਰ ਫੱਟੀ ਵਾਲੇ ਦੀ ਗੱਲ ਕਹਾਣੀ ਦੀ ਗੁਲਾਬ ਦੀ ਬਾਰੀ ਮੋਤੀ ਸਿੰਘ ਜੀ ਮੇਰੇ ਦੇਸ਼ ਪੰਜਾਬ ਦੀ ਲੋਕ ਖੋਜ ਕਰਦਾ ਸਿਰਪਾ ਦੇ ਵਿੱਚ ਦੇ ਬਾਅਦ ਜੈ ਜਨਮਾਰ ਭਾਵੇਂ ਦੇ ਬਾਅਦ ਕੁਝ ਪੱਤਰੀ ਤੇ ਔਖੀ ਬਣੀ ਲਾਉਣੀ ਆ ਕਬੱਡੀ ਵਿੱਚ ਘਾਟ ਮਿੱਤਰੋ ਤਾਂ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖਾ ਕੇ ਜੋ ਹਾਂਜੀ ਸੇਜ ਵਾਲੇ ਪਾਸੋਂ ਠੀਕ ਹੈ ਮਾਈਕ੍ਰੋਫੋਨ ਤੋਂ ਬਹੁਤ ਹੀ ਬਹੁਤ ਹੀ ਦੱਸਤਾ ਕਰੋ ਅਗਲੀ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਕਰਦਾ ਇਸ ਤੋਂ ਅਗਲਾ ਮੈਚ ਖੇਡਣ ਲਈ ਅਗਲੀਆਂ ਟੀਮਾਂ ਦੀ ਗਰਾਊਂਡ ਦੇ ਵਿੱਚ ਮੇਰਾ ਕਿਸੇ ਮੇਰੇ ਦੇ ਰਿਪੋਰਟ ਕਰਨੀ ਹੈ ਇਸ ਤੋਂ ਅਗਲਾ ਮੈਚ ਅਗਲਾ ਸੈਟਵਾਰ ਦੇ ਟੀਮ ਦੇ ਵਿੱਚ ਮਿੱਠਾ ਪੁੱਤਰ ਸਰਦਾਰੇ ਮਿੱਠਾ ਪੁੱਤਰ ਦੀ ਗਰਾਊਂਡ ਦੇ ਵਿੱਚ ਹੈ ਮਿੱਠਾ ਪੁੱਤਰ ਦੀ ਸੋਹਰੇ ਦੀ ਸੋਹਰੇ ਦੀ ਗਰਾਊਂਡ ਦੇ ਵਿੱਚ ਜਿਹੜੀ ਟੀਮ ਨਹੀਂ ਸਮਝ ਸਕਦੀ ਬੰਦਰੀ ਉਹ ਖੁਦ ਕਹਿੰਦੇ ਕਿ ਟੀਮ ਕੱਟ ਕੇ ਰਹੋ ਟੀਮ ਦੀ ਬਾਤ ਹੈ ਸਿਕਿਉਰਿਟੀ ਫੀਸ ਤੇ ਨਾ ਕਰਾਇਆ ਦਿੱਤਾ ਜਾਵੇ ਇਹ ਜੂ ਨੋਟ ਕਰੋ ਫੈਟ ਪੱਤਰ ਦੇ ਬਹੁਤ ਵੱਡੀ ਗੱਲ ਹੈ 58000 40000 ਦੇ ਨਾਲ ਨਾਲ ਮੋਟਰਸਾਈਕਲ ਦੇ ਬਹੁਤ ਵੱਡੇ ਮਾਰਕ ਲਗਾ ਦਿੱਤੇ ਗਏ ਹੈ ਪੰਜਾਬ ਦੀ ਜਵਾਨੀ ਸਭ ਦਾ ਯਤਨ ਹੋ ਰਿਹਾ ਉਧਰ ਸੇਮ ਵਾਲੇ ਪਾਸੇ ਮੇਰੀਆਂ ਧੀਆਂ ਪੈਣਾ ਬੱਚਿਆ ਜਦੋਂ ਬਾਤ ਕਰ ਰਿਹਾ ਹੈ ਗਰਾਊਂਡ ਦੇ ਨਾਲ ਬਾਬੇ ਫੋਨ ਕੇ ਸਾਹਿਬ ਸੱਚ ਸਿਆਣੇ ਕਹਿੰਦੇ ਰੱਬ ਦੀ ਸਿਖਾਈ ਕਰਦੇ ਇਹਨਾਂ ਰੱਬ ਨਹੀਂ ਲੱਭਦੇ ਜੀਵਾ ਹੁਸਨ ਜਵਾਨੀ ਦੇ ਮਾਪੇ ਕੀ ਫੇ ਬਦਲ ਕੀ ਦਾ ਜਨਾ ਸਭਾ ਕੀ ਸੈਕਟਰ ਹੈ ਵਰਤਾ ਰਹੀ ਹੈ ਕੱਲ ਕੁਝ ਵੱਖਰੀ ਜੇ ਹੋਈ ਹੈ ਇੱਕ ਪਾਸੇ ਸਿੱਖ ਸਰਦਾਰ ਕਰਾਲੇ ਵਾਪਾ ਕਾਪੀ ਖਤਰੇ ਵਿੱਚ ਡੁੱਬ ਗਿਆ ਜਿੰਨਾ ਬਾਕੀ ਤੇਜ ਸ਼ਿਕਾਰ ਹੋਵੇ ਅੱਜ ਵੀ ਸੱਚ ਦਾ ਅੱਖਾਂ ਵਿੱਚੋਂ ਸ਼ਿਕਾਰ ਨਹੀਂ ਕਈ ਉਸ ਉਮਰ ਵਿੱਚ ਨਸ਼ੇ ਦੀ ਲੱਗੀ ਜਾਂਦੇ ਜਿਹੜੀ ਉਮਰ ਹੁੰਦੀ ਹੈ ਜਿੰਦੋ ਉਡਾਈਆਂ ਦੀ ਅਗਲੀ ਬੰਦੇ ਦਾ ਹੁੰਦਾ ਹਾਲਤ ਮਾੜਾ ਕੁੜੀ ਜੱਟ ਤੇ ਸਦਾ ਹੀ ਕਰਦੀ ਖਿਡਾਰੀਆਂ ਦੀ ਰੱਖਣਾ ਵਾਲੇ ਹਜ਼ਾਰ ਜਗ੍ਹਾ ਕਮਾ ਜਾਂਦੇ ਗੱਲ ਪੁਰਾਣੀ ਹੋਈ ਪੱਕਟ ਹਜ਼ਾਰੀਆਂ ਦੀ ਤਾਂ ਹੁਣ ਬਾਤ ਰਹੇ ਤੇ ਨਾ ਜਾ ਜਾ ਰਹੀ ਜਿਹੜੇ ਵੀਰ ਮੇਰੇ ਕੱਲੀ ਪਾਉਂਦੇ ਆ ਉਹ ਸਟੇਜ ਤੇ ਪਹੁੰਚਾ ਕੱਲੀ ਵਾਲੇ ਵੀਰ ਸਟੇਜ ਤੇ ਪਹੁੰਚਾ ਮੁੱਖੀ ਬੇਨਤੀ ਆ ਜਿਹੜੇ ਵੀ ਗਰਾਊਂਡ ਦੇ ਅੰਦਰ ਹੁੰਦੇ ਦੀ ਸੇਵਾ ਕਰ ਰਹੇ ਹੈ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਸਟੇਜ ਵਾਲੇ ਪਾਸੇ ਜ਼ਰੂਰ ਸੰਪਰਕ ਕਰੋ ਤੇ ਨਾਲ ਆਪਣਾ ਸਾਰਾ ਸੁਣਦਾ ਦੇਣਗੇ ਕਿ ਸਾਹ ਦੇ ਸਿਰ ਨੂੰ ਕੀ ਹੋ ਰਿਹਾ ਬੱਚਿਆਂ ਦੀਆਂ ਜਿਹੜੀਆਂ ਦੌੜਾਂ ਉਹ ਵੀ ਸ਼ੁਰੂ ਹੋ ਚੁੱਕੀਆਂ ਸੋ ਸਾਰੇ ਸ਼ਕਾਰੀਆਂ ਦਾ ਵੀ ਧੰਨਵਾਦ ਹੈ ਬਹੁਤ ਸਾਹਮਣੇ ਅਗਲੀ ਕਬੱਡੀ ਹੱਥ ਕੇ ਕਦਮ ਵੱਖਰਾ ਜਾਂ ਅੰਦਾਜ਼ ਉਹ ਤੋਂ ਵੀ ਸਾਡੇ ਕਦਮ ਪਾਰ ਅਸੀਂ ਹਾਂ ਸਾਰੀ ਦੁਨੀਆ 'ਚ ਸਰਦਾਰ ਅਸੀਂ ਹਾਂ ਪਤਾ ਡੋਗਰਾ ਨੂੰ ਅਸੀਂ ਜੱਟ ਕਿਉਂ ਹੁੰਦੇ ਆ ਸਾਨੂੰ ਦੱਸਣਾ ਵੀ ਪੈਂਦਾ ਹੈ ਦੱਸਣਾ ਵੀ ਪੈਂਦਾ